ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਅੰਬਲਾਂ ਵਾਲੀ ਪੱਗ, ਜਿਹਦੀ ਲੈਂਥ 7.5 ਮੀਟਰ ਆਈ। ਜਿਹੜਾ ਕੱਪੜਾ ਆਪਾਂ ਫੁੱਲ ਵਰਤਿਆ, ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ, ਉਹਨੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਮੱਧ ਪਾਸਾ ਉੱਤੇ ਰੱਖ ਕੇ, ਉਸ ਰਲ 'ਤੇ ਜਿਹੜੇ ਬਲਣੇ ਉਹ ਤੁਸੀਂ ਇਕੱਠੇ ਕਰਕੇ, ਤੁਸੀਂ ਰਲ 'ਤੇ ਚੰਗੀ ਤਰ੍ਹਾਂ ਜਿਹੜੇ ਬਲਣੇ ਖੋਲ੍ਹ ਕੇ, ਚੰਗੀ ਤਰ੍ਹਾਂ ਰਲ ਦੇ ਵਿੱਚ ਜਿਹੜੇ ਬਲ ਪਾ ਲੈਣੇ ਹਨ। ਐਂ ਤੁਸੀਂ ਜਿਹੜੇ ਬੈਗ ਤੱਕ ਬਲ ਪਾ ਕੇ ਸਰਡ ਲਗਾ ਦੇਣਾ ਹੈ। ਜਿਹੜਾ ਤੁਸੀਂ ਨਿਕਲਣ ਲਗਾਉਣਾ ਹੈ, ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ, ਤੁਹਾਨੂੰ ਜਿਹੜਾ ਉਤਲਾ ਪੱਲਾ ਉਸਨੂੰ ਤੁਲਕਾ ਤਾਰ ਰੱਖ ਕੇ ਉਹਦੇ ਉੱਤੇ ਜਿਹੜੇ ਬਲ ਨੇ ਉਹਦੇ ਨੇ ਇਕੱਠੇ ਕਰ ਲੈਣੇ ਹਨ। ਅੰਗੂਠੇ ਦੇ ਉਂਗਲੀ ਨੂੰ ਚੰਗੀ ਤਰ੍ਹਾਂ ਜਿਹੜੇ ਬਲ ਨੇ ਸਾਰੇ ਇਕੱਠੇ ਕਰਕੇ ਉਸ ਰੜ ਨੂੰ ਜਿਹੜਾ ਹਲਕਾ ਹੋਲਡ ਕਰਨਾ ਹੈ। ਰੜ ਨੂੰ ਹਲਕਾ ਹੋਲਡ ਕਰਨ ਤੋਂ ਅੱਗੇ ਅੱਗੇ ਰੜ ਦੇ ਜਿਹੜੇ ਬਲ ਨੇ, ਜਿਸ ਤਰ੍ਹਾਂ ਪਹਿਲਾਂ ਖੋਲ੍ਹੇ ਸੀ, ਉਸ ਤਰ੍ਹਾਂ ਰੜ ਦੇ ਜਿਹੜੇ ਬਲ ਨੇ ਖੋਲ੍ਹਣੇ ਹਨ। ਇਸ ਰੜ ਦੇ ਵਿੱਚ ਵੀ ਚੰਗੀ ਤਰ੍ਹਾਂ ਜਿਹੜੇ ਬਲ ਨੇ ਉਹ ਪਾ ਲੈਣੇ ਹਨ। ਬੈਗ ਤੱਕ ਪਿੰਡ ਸਾਰੇ ਰੜਾਂ ਦੇ ਵਿੱਚ ਇਸ ਰੜ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਇਸ ਰੜ ਲਗਾਉਣਾ ਹੈ। ਕਿਹੜਾ ਤੁਸੀਂ ਨੇਲ ਰੜ ਲਗਾਉਣਾ, ਜਿਸ ਤਰ੍ਹਾਂ ਤੁਸੀਂ ਦੂਸਰਾ ਰੜ ਲਗਾਇਆ ਸੀ ਉਸ ਤਰ੍ਹਾਂ ਤੁਸੀਂ ਰੜ ਲਗਾਉਣਾ ਹੈ। ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਕਈ ਵਾਰ ਉਤਲਾ ਉਤਲਾ ਪੇਚ ਬਣਾ ਲੈਣਾ ਹੈ। ਉਤਲਾ ਪੇਚ ਬਣਾਉਣ ਤੁਸੀਂ ਰੜਦੇ ਵੀ ਜਿਹੜੇ ਬੂਟੇ ਦੀ ਉਂਗਲੀ ਮਦਦ ਨਾਲ ਜਿਹੜੇ ਬਲ ਉਹ ਇਕੱਠੇ ਕਰਕੇ ਇਸ ਰੜ ਨੂੰ ਵੀ ਜਿਹੜਾ ਹਲਕਾ, ਜਦੋਂ ਤੁਸੀਂ ਦੂਸਰਾ ਰੜ ਫੋਲਡ ਕੀਤਾ ਸੀ ਉੱਥੇ ਹੀ ਇਸ ਰੜ ਨੂੰ ਵੀ ਜਿਹੜਾ ਹਲਕਾ ਉਹਨੂੰ ਫੋਲਡ ਕਰਨਾ ਹੈ। ਜਿਹੜਾ ਤੁਹਾਡਾ ਉਤਲਾ ਪੱਲਾ ਉਸਨੂੰ ਹਲਕਾ ਤਾਂ ਚੱਕ ਕੇ ਇਸ ਰੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਬਲ ਉਹ ਪਾ ਲੈਣੇ ਹਨ। ਚੰਗੀ ਤਰ੍ਹਾਂ ਬਲ ਪਾਉਣ ਤੋਂ ਰੜ ਨੂੰ ਜਿਹੜਾ ਉੱਤੋਂ ਗਰ ਬੈਗ ਤੋਂ ਪਿੰਚ ਉੱਤੋਂ ਪਿੰਚ ਕਰਕੇ ਉਸ ਰੜ ਦੇ ਵਿੱਚ ਚੰਗੀ ਤਰ੍ਹਾਂ ਉਸ ਰੜ ਦੇ ਜਿਹੜੇ ਬਲ ਨੇ ਸੈੱਟ ਕਰ ਲੈਣੇ ਹਨ। ਚੰਗੀ ਤਰ੍ਹਾਂ ਉੱਤੋਂ ਚੱਕ ਕੇ ਜਿਹੜੇ ਬਲ ਨੇ ਉਹ ਪਾ ਲੈਣੇ ਹਨ। ਰੜ ਦੇ ਵੀ ਜਿਹੜੇ ਬੈਗ ਤੱਕ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ। ਬਲ ਪਾਉਣ ਤੋਂ ਬਾਅਦ ਰੜ ਨੂੰ ਚੰਗੀ ਤਰ੍ਹਾਂ ਬਲ ਪਾ ਕੇ ਬੈਗ ਤੱਕ ਰੜ ਨੂੰ ਲਗਾ ਦੇਣਾ ਹੈ। ਜਿਹੜਾ ਤੁਸੀਂ ਨੇਗਾ ਰੜ ਲਗਾਉਣਾ ਹੈ, ਰੜ ਨੂੰ ਬੈਗ ਤੋਂ ਪਿੰਚ ਕਰਕੇ ਜਿਹੜਾ ਤੁਹਾਡੇ ਉਤਲੇ ਪੇਜ ਨੂੰ ਜਿਹੜਾ ਫਾਸਲਾ ਉਹ ਤੁਸੀਂ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਜਿਹੜੇ ਲੜਾਂ ਦੇ ਵਿੱਚ ਬਲ ਨੇ ਉਹ ਪਾ ਲੈਣੇ ਹਨ। ਜਿਹੜਾ ਤੁਸੀਂ ਨੇਗਾ ਰੜ ਲਗਾਉਣਾ ਹੈ, ਰੜ ਤੋਂ ਬੈਗ ਤੋਂ ਪਿੰਚ ਕਰਕੇ ਗੁਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਉਹੀ ਰੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ। ਕੂਟੇ ਦੀ ਉਂਗਲੀ ਮਦਦ ਨਾਲ ਰੜ ਦੇ ਜਿਹੜੇ ਉੱਤੇ ਬਲ ਨੇ ਉਹਦੇ ਨੇ ਇਕੱਠੇ ਕਰ ਲੈਣੇ ਹਨ। ਸਾਰੇ ਬਲ ਇਕੱਠੇ ਕਰਨ ਤੋਂ ਬਾਅਦ ਰੜ ਨੂੰ ਜਿਹੜਾ ਹਲਕਾ ਜਿਹਾ ਫੋਲਡ ਕਰਕੇ ਅਤੇ ਉੱਤੋਂ ਦੱਬ ਕੇ ਇਸ ਰੜ ਨੂੰ ਲਗਾ ਦੇਣਾ ਹੈ। ਇਸ ਰੜ ਦੇ ਵਿੱਚ ਵੀ ਚੰਗੀ ਤਰ੍ਹਾਂ ਤੁਸੀਂ ਨੇੜੇ ਬੈਗ ਤੱਕ ਉਹਨੇ ਬਲ ਪਾ ਕੇ ਇਸ ਰੜ ਨੂੰ ਲਗਾਉਣਾ ਹੈ। ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਚੰਗੀ ਤਰ੍ਹਾਂ ਬੈਗ ਤੱਕ ਬਲ ਪਾ ਕੇ ਇਸ ਰੜ ਨੂੰ ਲਗਾ ਦੇਣਾ ਹੈ। ਚੰਗੀ ਤਰ੍ਹਾਂ ਤੜੀ ਪਾ ਕੇ ਉਹਨੇ ਸੈੱਟ ਕਰ ਲੈਣੀ ਹੈ। ਸਾਰੇ ਜਿਹੜੇ ਬਲ ਨੇ ਉਹਨੇ ਸੈੱਟ ਕਰ ਲੈਣੇ ਹਨ। ਜਿਹੜੇ ਵੱਡੇ ਉਤਲੇ ਪੇਜ ਹੋਣਗੇ ਉਹ ਵੀ ਸੈੱਟ ਕਰ ਲੈਣੇ ਹਨ। ਜਿਹੜਾ ਤੁਸੀਂ ਨੇਗਾ ਲੜ ਲਗਾਉਣਾ ਹੈ, ਲੜ ਨੂੰ ਬੈਗ ਤੋਂ ਪਿੰਚ ਕਰਕੇ ਅਤੇ ਜਿਹੜਾ ਵੱਧ ਪੱਲਾ ਉਸਦੇ ਨੇ ਉਸਨੂੰ ਹਲਕਾ ਅੰਦਰ ਫੋਲਡ ਕਰਕੇ ਲੜ ਨੇਗਾ ਹਲਕਾ ਜਿਹੜਾ ਤਾਂ ਚੱਕ ਲੈਣਾ ਹੈ। ਤਾਂ ਚੱਕਣ ਤੋਂ ਬਾਅਦ ਲੜ ਦੇ ਵਿੱਚ ਵੀ ਜਿਹੜਾ ਚੰਗੀ ਤਰ੍ਹਾਂ ਗੂਟੇ ਦੀ ਉਂਗਲੀ ਮਦਦ ਨਾਲ ਲੜ ਦੇ ਵਿੱਚ ਜਿਹੜੇ ਬਲ ਨੇ ਉਹ ਪਾ ਲੈਣੇ ਹਨ।
ਇਸ ਲੜ ਦੇ ਵੀ ਜਿਹੜੇ ਜਿਸ ਤਰ੍ਹਾਂ ਉਹਨੇ ਪਹਿਲਾਂ ਵਾਲ ਇਕੱਠੇ ਕੀਤੇ ਸੀ ਉਸ ਤਰ੍ਹਾਂ ਇਸ ਲੜ ਦੇ ਵੀ ਜਿਹੜੇ ਵਾਲ ਇਕੱਠੇ ਕਰਕੇ ਇਸ ਲੜ ਦਾ ਜਿਹੜਾ ਹਲਕਾ ਜਿਹਾ ਫੋਲਡ ਕਰ ਦੇਣਾ ਹੈ। ਚੰਗੀ ਤਰ੍ਹਾਂ ਸਲੜ ਦੇ ਵਿੱਚ ਜਿਹੜੇ ਵਲ ਪਾ ਕੇ ਸਲੜ ਨੂੰ ਲਗਾਉਣਾ ਹੈ ਬੈਗ ਤੱਕ ਉਹਨੇ ਐਨ ਚੰਗੀ ਤਰ੍ਹਾਂ ਵਲ ਪਾ ਕੇ ਸਲੜ ਨੂੰ ਲਗਾਉਣਾ ਹੈ ਲਗਾ ਦੇਣਾ ਹੈ। ਜਿਹੜਾ ਉਹਨੇ ਲੜ ਲਗਾਇਆ ਸੀ ਉਹਨੂੰ ਤੂੰ ਵੀ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ। ਚੰਗੀ ਤਰ੍ਹਾਂ ਜਿਹੜੇ ਜਿਹੜੇ ਬਾਤ ਦੀ ਮਦਦ ਨਾਲ ਜਿਹੜੇ ਵਲ ਦੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਪਾ ਲੈਣੇ ਹਨ। ਜਿਹੜੇ ਵੀ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਪੇਜ ਨੂੰ ਫੋਲੋ ਅਤੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ। ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਬੈਗ ਤੱਕ ਨੇ ਵਲ ਨੇ ਉਹ ਪਾ ਲੈਣੇ ਹਨ। ਜੇਕਰ ਤੁਹਾਡੇ ਲੜ ਪੋਤ ਮੋਟੇ ਹੁੰਦੇ ਆ ਤੁਸੀਂ ਉਸ ਲੜ ਦੇ ਵਿੱਚ ਪਾਜ ਜਾਂ ਫਿਰ ਪੱਗ ਪਿੰਨ ਫੇਰ ਕੇ ਲੜਾਂ ਨੂੰ ਜਿਹੜਾ ਪਤਲੇ ਕਰ ਸਕਦੇ ਹੋ। ਅਤੇ ਜਿਹੜੇ ਲੋਕ ਦੇ ਕੋਲ ਤੁਹਾਡੇ ਲੜ ਢਿੱਲੇ ਹੁੰਦੇ ਹਨ ਤੁਸੀਂ ਉੱਥੋਂ ਉਹਦੇ ਉੱਤੇ ਪੱਗ ਪਿੰਨ ਜਾਂ ਫਿਰ ਬਾਅਦ ਦੀ ਮਦਦ ਨਾਲ ਲੜਾਂ ਨੂੰ ਜਿਹੜਾ ਟੈਡ ਕਰ ਸਕਦੇ ਹੋ। ਜਿਹੜਾ ਤੁਹਾਡਾ ਉਤਲਾ ਪੇਜ ਆ ਉਸਨੂੰ ਜਿਹੜਾ ਸੈੱਟ ਕਰ ਲੈਣਾ ਹੈ। ਜਿਹੜਾ ਤੁਸੀਂ ਨੇਕ ਲੜ ਦਵਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਬੁਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਜਿਹੜਾ ਤੁਹਾਡਾ ਪੰਜਵਾਂ ਲੜ ਸੀ ਉਸਨੂੰ ਉਹਦਾ ਪੇਜ ਜਿਹੜਾ ਉੱਤੇ ਚੱਕ ਕੇ ਹਲਕਾ ਜਿਹਾ ਚੰਗੀ ਤਰ੍ਹਾਂ ਹੀ ਲੜਦਾ ਜਿਹੜਾ ਉਤਲਾ ਪੇਜ ਉਹ ਬਣਾ ਲੈਣਾ ਹੈ। ਤਿੰਨੇ ਸਲੜ ਨੂੰ ਜਿਹੜਾ ਸਾਫ਼ ਕਰਕੇ ਲਗਾਉਣਾ ਹੈ ਚੰਗੀ ਤਰ੍ਹਾਂ। ਲੜ ਨੂੰ ਜਿਹੜਾ ਜਿੱਥੋਂ ਨੋ ਨੱਕ ਦੇ ਜਿਹੜਾ ਸੈਂਟਰ ਦੇ ਵਿੱਚੋਂ ਫੋਲਡ ਕਰਕੇ ਗਿਰ ਘੁਮਾ ਕੇ ਲੜ ਨੂੰ ਜਿਹੜਾ ਉੱਤੋਂ ਜਿਹੜਾ ਗਿਰ ਫੋਲਡ ਕਰਕੇ ਜਿਹੜਾ ਦੇ ਲੜ 'ਤੇ ਜਿਹੜਾ ਬਾਜ਼ ਫੇਰ ਲੈਣਾ ਹੈ। ਬਾਜ਼ ਫੇਰ ਤੋਂ ਲੜ ਨੂੰ ਹਲਕਾ ਫੋਲਡ ਕਰਕੇ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ। ਐਂ ਤੁਹਾਨੂੰ ਜਿਹੜਾ ਬੈਗ ਚੱਕ ਸਾਫ਼ ਕਰਕੇ ਸਲੜ ਨੂੰ ਲਗਾਉਣਾ ਹੈ। ਉੱਤੋਂ ਜਿਹੜਾ ਲੜਾ ਤੁਹਾਡਾ ਸੈੱਟ ਕਰਕੇ ਸਲੜ ਨੂੰ ਜਿਹੜਾ ਲਗਾ ਦੇਣਾ ਹੈ। ਜਿਹੜੇ ਤੁਹਾਡੇ ਵਾਲ ਨੇ ਉਸਨੂੰ ਚੰਗੀ ਤਰ੍ਹਾਂ ਬਾਅਦ ਦੀ ਮਦਦ ਨਾਲ ਪਾ ਲੈਣੇ ਹਨ। ਚੰਗੀ ਤਰ੍ਹਾਂ ਜਿਹੜਾ ਤਲੀ ਪੀਚਾਂ ਦੇ ਵਿੱਚ ਬਾਜ ਫੇਰ ਕੇ ਜਿਹੜਾ ਤੁਹਾਡੇ ਛੇਵੇਂ ਲੜ ਲਗਾਇਆ ਸੀ ਉਹਦੇ ਵਿੱਚੋਂ ਵੀ ਜਿਹੜਾ ਬਾਜ ਫੇਰ ਲੈਣਾ ਹੈ। ਚੰਗੀ ਤਰ੍ਹਾਂ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਉਹਦੇ ਨਾਲ ਸੈੱਟ ਕਰ ਲੈਣੀ ਹੈ। ਜਿਹੜਾ ਤੁਹਾਡਾ ਪੰਜਵਾਂ ਲੜ ਲਗਾਇਆ ਸੀ ਉਹਦੇ ਵਿੱਚ ਜਿਹੜਾ ਬਾਜ ਫੇਰ ਲੈਣਾ ਚੰਗੀ ਤਰ੍ਹਾਂ ਉਹਦੇ ਕੋਲ ਜਿਹੜੇ ਬਾਲ ਤੁਹਾਡੇ ਢਿੱਲੇ ਹੋਣਗੇ ਉਹਨਾਂ ਵਿੱਚ ਜਿਹੜਾ ਬਾਜ ਫੇਰ ਕੇ ਬਲਾਂ ਨੂੰ ਟੈਟ ਕਰ ਲੈਣਾ ਹੈ। ਚੰਗੀ ਤਰ੍ਹਾਂ ਜਿਹੜਾ ਉਹਨੇ ਬਲ ਪਾ ਲੈਣੇ ਹਨ। ਜੇਕਰ ਤੁਹਾਡਾ ਲੜਾ ਛੇਵਾਂ ਜੇਕਰ ਤੁਹਾਨੂੰ ਜਿਹੜਾ ਲੜਾ ਹੈਗਾ ਤੁਸੀਂ
ਨੱਕ ਦੇ ਜਿਹੜਾ ਸੈਂਟਰ ਦੇ ਵਿੱਚ ਜਿਹੜਾ ਪੱਗ ਪੈਣ ਲਗਾ ਕੇ ਨੱਕ ਦੇ ਜਿਹੜਾ ਸੈਂਟਰ ਦੇ ਵਿੱਚ ਤੁਹਾਨੂੰ ਪੱਗ ਪੈਣ ਲਗਾ ਕੇ ਜਿਹੜਾ ਤੁਹਾਡਾ ਕਲਗੀ ਲੜਦਾ ਹੋਣਾ, ਇਸ ਲੜਦੀ ਜਿਹੜੀ ਪੂਣੀ ਖੋਲ੍ਹ ਕੇ ਅਤੇ ਜਿਹੜਾ ਉਤਲਾ ਪੱਲਾ ਉਹਨੂੰ ਥੱਲੇ ਨੂੰ ਫੋਲਡ ਕਰਕੇ ਅਤੇ ਥੜਲੇ ਪੱਲੇ ਨੂੰ ਤੈਨੂੰ ਫੋਲਡ ਕਰਕੇ ਸਾਡੇ ਨੂੰ ਜਿਹੜਾ ਸਾਫ਼ ਕਰਕੇ ਐਂ ਤੁਸੀਂ ਜਿਹੜਾ ਚੰਗੀ ਤਰ੍ਹਾਂ ਲੜਦੇ ਜਿਹੜੇ ਬਾਣੇ ਕੱਢ ਲੈਣੇ ਹਨ। ਐਂ ਤੁਸੀਂ ਉਸ ਲੜਨ ਜਿਹੜਾ ਸਾਫ਼ ਕਰ ਲੈਣਾ ਹੈ। ਜਿਹੜਾ ਤੁਹਾਡੇ ਛੇਵੇਂ ਰਾੜ ਦੇ ਵਿੱਚ ਵਲ ਹੋਣਗੇ ਤੁਸੀਂ ਉਸਦੇ ਉਤਲੇ ਪੇਜ 'ਤੇ ਉਸ ਰਾੜ ਦੇ ਵਿੱਚ ਜਿਹੜਾ ਬਾਜ ਫੇਰ ਕੇ ਉਹਦੇ ਬਾਣੇ ਜਿੰਨੇ ਕੱਢ ਲੈਣੇ ਹਨ। ਚੰਗੀ ਤਰ੍ਹਾਂ ਲੜਨ ਨੂੰ ਜਿਹੜਾ ਸਾਫ਼ ਕਰਕੇ ਪੱਗ ਪੰਜ ਥੱਲੇ 'ਚ ਲਿਆ ਕੇ ਪੱਗ ਪੈਣ ਦੇ ਥੱਲੇ 'ਚ ਲਿਆ ਕੇ ਰਾੜ ਨੂੰ ਜਿਹੜਾ ਸੱਜੇ ਪਾਸੇ ਵੱਲ ਘੁਮਾ ਦੇਣਾ ਹੈ। ਚੰਗੀ ਤਰ੍ਹਾਂ ਜਿਹੜਾ ਸ਼ੇਰ ਦੇ ਕੋਲ ਤੁਹਾਨੂੰ ਦੱਬ ਦੇਣਾ ਹੈ। ਜਿਹੜੇ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਚੰਗੀ ਤਰ੍ਹਾਂ ਉਸ ਲੜਨ ਨੂੰ ਜਿਹੜਾ ਚੰਗੀ ਤਰ੍ਹਾਂ ਜਿਹੜਾ ਵਿੱਚ ਦੱਬ ਦੇਣਾ ਹੈ। ਜਿਹੜੇ ਵੀ ਜਿਹੜਾ ਢਿੱਲਾ ਹੋ ਜਾਂਦਾ ਤੁਸੀਂ ਉਸ ਲੜਨ ਦੇ ਉੱਤੇ ਜਿਹੜੇ ਪੱਗ ਪੈਣ ਲਗਾ ਸਕਦੇ ਹੋ। ਚੰਗੀ ਤਰ੍ਹਾਂ ਤੁਹਾਡੀ ਸ਼ੇਪ ਉਹਦੇ ਨਾਲ ਸੈੱਟ ਕਰ ਲੈਣੀ ਹੈ। ਜਿਹੜਾ ਉਹਦੇ ਨਾਲ ਸਿਰ ਢੱਕਣਾ ਹੈ ਜਿਹੜਾ ਜਿਹੜਾ ਕਲਗੀ ਜਿਹੜਾ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਜਿਹੜਾ ਸੈੱਟ ਕਰ ਲੈਣਾ ਹੈ। ਜਿਹੜਾ ਉਹਦੇ ਨਾਲ ਸਿਰ ਢੱਕਣਾ ਹੈ ਸਿਰ ਦੇ ਸੈਂਟਰ 'ਚੋਂ ਜਿਹੜਾ ਪੈਲਟ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਉੱਤੇ ਕਵਰ ਕਰਕੇ ਅਤੇ ਜਿਹੜਾ ਮੂੰਹ ਝੜਾ ਥੋੜ੍ਹਾ ਸੀ ਉਹਨੂੰ ਖਿੱਚ ਕੇ ਅਤੇ ਦੋਨਾਂ ਹੈਡਾਂ ਤੋਂ ਉਸ ਲੜ ਨੂੰ ਫੋਲਡ ਕਰਕੇ ਉਸ ਲੜ ਨੂੰ ਜਿਹੜਾ ਬੈਕ 'ਤੇ ਚੰਗੀ ਤਰ੍ਹਾਂ ਦੱਬ ਦੇਣਾ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਦੇਖ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੋ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।